ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਬਾਹਰ ਮੁਸਲਿਮ ਭਾਈਚਾਰੇ ਦੇ ਵੱਲੋਂ ਲਗਾਏ ਗਏ ਧਰਨੇ ਤੇ ਗੁਰਦੁਆਰਾ ਸਾਹਿਬ ਤੇ ਕੀਤੀ ਪੱਥਰਬਾਜ਼ੀ ਦੀ ਜਿੱਥੇ ਹਰ ਪਾਸੇ ਨਿੰਦਾ ਹੋ ਰਹੀ ਹੈ, ਉੱਥੇ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸ਼ਖਸ ਇਸ ਪੂਰੇ ਮਾਮਲੇ ਦੀ ਸੱਚਾਈ ਦੱਸੇ ਜਾਣ ਦਾ ਦਾਅਵਾ ਕਰ ਰਿਹਾ। ਆਖਿਰ ਇਹ ਸ਼ਖਸ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਹੋ ਜਿਹਾ ਦਾਅਵਾ ਪੇਸ਼ ਕਰ ਰਿਹਾ, ਤੁਸੀਂ ਵੀ ਸੁਣੋ। ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੁਬਾਰਾ ਵੀਡੀਓ ਬਣਾ ਰਿਹਾ ਕਿ ਜੋ ਕਿ ਮੈਨੂੰ ਹਕੀਕਤ ਦਾ ਪਤਾ ਲੱਗਾ ਤੇ ਮੈਂ ਜ਼ਰੂਰਤ ਮਹਿਸੂਸ ਕੀਤੀ ਕਿ ਇਹ ਹਕੀਕਤ ਨੂੰ ਸਾਹਮਣੇ ਲਿਆਂਦਾ ਜਾਵੇ। ਕੁਰਾਨ ਪਾਕ ਦੇ ਵਿੱਚ ਵਾਜ਼ੇ ਅਲਫਾਜ਼ ਦੇ ਵਿੱਚ ਲਿਖਿਆ ਹੈ ਕਿ ਲਾਨਤ ਅੱਲਾਹ ਅਲ ਕਾਜ਼ਿਬੀਨ, ਝੂਠ ਬੋਲਣ ਵਾਲੇ ਤੇ ਅੱਲਾ ਦੀ ਲਾਨਤ। ਜਿਹਦੇ ਤੇ ਅੱਲਾ ਦੀ ਲਾਨਤ ਹੋਵੇ ਉਹ ਕੀ ਹੋ ਸਕਦਾ ਹੈ, ਉਹ ਤੁਸੀਂ ਫੈਸਲਾ ਆਪ ਕਰ ਲਿਓ। ਹੁਣ ਹੋਇਆ ਕੀ ਕਿ ਅੱਜ ਦਾ ਵਾਕਿਆ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਹੋਇਆ ਹੈ, ਇਹਦਾ ਬੈਕਗ੍ਰਾਉਂਡ ਕੀ ਹੈ, ਇਹਦੀ ਹਕੀਕਤ ਕੀ ਹੈ ਕਿ ਇਹ ਬੰਦੇ ਦੇ ਹੋਟਲ ਤੇ ਇੱਕ ਪੁਲਿਸ ਵਾਲਾ ਬੈਠਾ ਸੀ, ਉਹਨੇ ਇਹਦੇ ਕੋਲੋਂ ਚਾਏ ਮੰਗੀ ਹੈ, ਚਾਏ ਥੋੜੀ ਦੇਰ ਲੇਟ ਹੋ ਗਈ, ਜਿੱਥੋਂ ਪੁਲਿਸ ਵਾਲੇ ਤੇ ਇਹਦੀ ਆਪਸ 'ਚ ਤਲਖਕਲਾਮੀ ਹੋਈ, ਤਲਖਕਲਾਮੀ ਤੋਂ ਗੱਲ ਵੱਧਦਿਆਂ ਹੋਈ ਗਿਰੇਵਾਨ ਤੱਕ ਗਈ। ਇਹਨਾਂ ਨੇ ਜਦੋਂ ਇੱਕ ਦੂਸਰੇ ਦੇ ਗਿਰੇਬਾਨ ਫੜੇ ਔਰ ਪੁਲਿਸ ਵਾਲੇ ਇਹਨੂੰ ਫੜ ਕੇ ਥਾਣੇ ਲੈ ਗਏ। ਉਸ ਤੋਂ ਬਾਅਦ ਇਹ ਬੰਦਾ ਵਾਪਸ ਆਇਆ ਹੈ ਤੇ ਇਹਨਾਂ ਨੇ ਉਸ ਪੁਰਾਣੇ ਇਸ਼ੂ ਨੂੰ ਮੁੱਦਾ ਬਣਾ ਕੇ ਪੁਲਿਸ ਵਾਲਿਆਂ ਨੂੰ ਧਮਕੀਆਂ ਲਾ ਰਿਹਾ ਸੀ, ਉਹ ਤੇ ਵੀਡੀਓ 'ਚ ਵਾਜ਼ਿਆ ਨਜ਼ਰ ਆ ਰਿਹਾ ਸੀ, ਠੀਕ ਹੈ। ਲੇਕਿਨ ਉਸ ਇਸ਼ੂ ਦੀ ਬੇਸ ਬਣਾ ਕੇ ਇਹਨੇ ਬਕਵਾਸ ਕਰਕੇ ਲੋਕਾਂ ਨੂੰ ਵਰਗਲਾ ਰਿਹਾ ਸੀ, ਲੋਕਾਂ ਨਾਲ ਝੂਠ ਬੋਲ ਰਿਹਾ ਸੀ ਔਰ ਮਜ਼ਹਬ ਦੀ ਆੜ ਲੈ ਕੇ। ਖੁਦਾਰਾ, ਮੇਰੀ ਪੂਰੀ ਮੁਸਲਮਾਨ ਕੌਮ ਅੱਗੇ ਅਪੀਲ ਹੈ ਕਿ ਇਹ ਝੂਠ ਦੇਖੋ ਕਿੱਦਾਂ ਸਫੇਦ ਝੂਠ ਇਸ ਬੰਦੇ ਨੇ ਬੋਲਿਆ ਹੈ, ਕੀ ਇਸ਼ੂ ਕੀ ਹੈ ਔਰ ਇਹਨਾਂ ਨੇ ਉਹਨੂੰ ਮਜ਼ਹਬੀ ਰੰਗ ਦੇ ਕੇ ਕਿਸ ਤਰ੍ਹਾਂ ਕਿੱਡੀ ਵੱਡੀ ਜ਼ਿਆਦਤੀ ਕੀਤੀ ਹੈ ਸਿੱਖ ਕੌਮ ਨਾਲ। ਇਸ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ। ਗੌਰਮੈਂਟ ਅੱਗੇ ਅਪੀਲ ਹੈ, ਜਿਹੜੇ ਸਾਬੇ ਇਕਤਦਾਰ ਨੇ ਜੋ ਵੀ ਇਸ ਵਾਕਿਆ ਦੇ ਵਿੱਚ ਮਤਲਬ ਇਨਕੁਆਇਰੀ ਕਰ ਰਹੇ ਨੇ, ਇਸ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਔਰ ਇਹਦੇ ਤੇ ਮਜ਼ਹਬ ਨੂੰ ਇਸਤੇਮਾਲ ਕਰਨ ਦੀ ਜਿਹੜੀ ਹੈ ਉਹ ਕੋਈ ਸ਼ਿਕ ਹੈ ਤਾਂ ਉਹ ਲੱਗਣੀ ਚਾਹੀਦੀ ਹੈ ਕਿ ਗਲਤ ਰੰਗ 'ਚ ਮਜ਼ਹਬ ਨੂੰ ਇਹਨੇ ਇਸਤੇਮਾਲ ਕੀਤਾ। ਬਾਕੀ ਅਸੀਂ ਸਿੱਖ ਕੌਮ ਦੇ ਨਾਲ ਹਾਂ, ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਅਸੀਂ ਇਸ ਟਾਈਮ 4-5 ਲੋਕ ਬੈਠੇ ਹਾਂ, ਮੇਰੇ ਕਜ਼ਨ ਨੇ ਸਾਰੇ ਬੈਠੇ ਨੇ ਔਰ ਅਸੀਂ ਇਨਸ਼ਾਅੱਲਾ ਸੁਬਹ ਨਨਕਾਣਾ ਸਾਹਿਬ ਵੀ ਜਾਵਾਂਗੇ ਔਰ ਆਪਣੀ ਸਤ੍ਹਾ ਤੇ ਵੀ ਇਹਤਜਾਜ ਕਰਾਂਗੇ ਤੇ ਇਨਸ਼ਾਅੱਲਾ ਅਸੀਂ ਸਿੱਖ ਕੌਮ ਦੇ ਸ਼ਾਨਾ ਬਸ਼ਾਨਾ ਨਾਲ ਖੜੇ ਹਾਂ, ਕੰਧੇ ਨਾਲ ਕੰਧਾ ਮਿਲਾ ਕੇ ਖੜੇ ਹਾਂ। ਲੇਕਿਨ ਹਕੀਕਤ ਇਹ ਹੈ ਜੋ ਤੁਹਾਨੂੰ ਮੈਂ ਦੱਸੀ ਹੈ, ਠੀਕ ਹੈ, ਔਰ ਪੂਰੀ ਮੁਸਲਮਾਨ ਕੌਮ ਅੱਗੇ ਅਪੀਲ ਹੈ ਕਿ ਇਹ ਮਜ਼ਹਬ ਦੇ ਤੌਰ ਤੇ ਆਪਣੇ ਮਫਾਦਾਤ ਨੂੰ ਅੱਗੇ ਰੱਖ ਕੇ ਇਸਤੇਮਾਲ ਕਰ ਰਿਹਾ ਤੇ ਕੋਈ ਬੰਦਾ ਇਹਨਾਂ ਦੀ ਗੱਲ 'ਚ ਨਾ ਆਵੇ ਔਰ ਪੂਰੀ ਮੁਸਲਮਾਨ ਕੌਮ ਨੂੰ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਹੈ। ਇਹਨਾਂ ਦਾ ਕੋਈ ਧਰਮ ਨਹੀਂ ਜੇ ਇਸ ਬੰਦੇ ਦਾ, ਇਹਨਾਂ ਨੇ ਬਹੁਤ ਵੱਡੀ ਪਹਿਲੇ ਵੀ ਜ਼ਿਆਦਤੀ ਕੀਤੀ ਸੀ ਤੇ ਅੱਜ ਇੱਕ ਬਹੁਤ ਵੱਡੀ ਜ਼ਿਆਦਤੀ ਕੀਤੀ ਹੈ ਜਿੰਦਾ ਕਿ ਸਿੱਖ ਕੌਮ ਦੇ ਦਿਲ ਤੇ ਇੰਨੀ ਠੇਸ ਪਹੁੰਚੀ ਹੈ। ਇਹ ਉਹ ਸੱਟ ਜੋ ਲਾਈ ਹੈ ਉਹ ਮੈਂ ਜ਼ਾਤੀ ਤੌਰ ਤੇ ਬੜੀ ਤਕਲੀਫ਼ 'ਚ ਹਾਂ ਔਰ ਹਰ ਸਾਬੇ ਸ਼ਊਰ ਬੰਦਾ ਜਿਹੜਾ ਹੈ ਉਸ ਤਕਲੀਫ਼ 'ਚ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।